ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਗਗਨ ਸਿੰਘ, ਜਿਹੜੇ ਸਾਡੇ ਮਹਿਮਾਨ ਨੇ, ਰਿਪ੍ਰੈਜੈਂਟੇਟਿਵ ਨੇ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਦੇ। ਕੀ ਲੇਟੈਸਟ ਡਿਵੈਲਪਮੈਂਟਸ ਨੇ, ਖਾਸ ਤੌਰ ਉੱਤੇ ਚੋਣਾਂ ਆ ਰਹੀਆਂ ਨੇ, ਕੀ ਡਿਸੀਜਨ ਲਿਆ ਗਿਆ ਇਹਨਾਂ ਵੱਲੋਂ, ਅਤੇ ਕਿਹੜੇ ਕਿਹੜੇ ਮੁੱਦੇ ਅਜੇ ਵੀ ਜਿਹੜੇ ਪ੍ਰੋਵਿੰਸ ਨਾਲ ਅਤੇ ਫੈਡਰਲ ਸਰਕਾਰ ਨਾਲ, ਖਾਸ ਤੌਰ ਉੱਤੇ ਪੋਰਟ ਮੈਟਰੋ ਵੈਂਕੂਵਰ ਨਾਲ ਜੁੜੇ ਹੋਏ ਨੇ, ਉਹਨਾਂ ਬਾਰੇ ਜਾਣਕਾਰੀ ਲੈਂਦੇ ਹਾਂ ਗਗਨ ਸਿੰਘ ਜੀ ਤੋਂ। ਗਗਨ ਸਿੰਘ ਜੀ, ਜੈ ਹਿੰਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਸ਼ੁਰੂਆਤ ਕਰਦੇ ਹਾਂ ਜੀ ਕਿ ਕੀ ਲੇਟੈਸਟ ਸੀ ਤੁਹਾਡੀ ਹਾਲ ਹੀ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਕਿ 800 ਤੋਂ ਵੱਧ ਉੱਥੇ ਟਰੱਕਰਸ ਅਤੇ ਟੈਕਸੀ ਓਨਰਸ ਨੇ ਆ ਕੇ ਤੁਹਾਡੇ ਨਾਲ ਸ਼ਿਰਕਤ ਕੀਤੀ, ਕੀ ਫੈਸਲਾ ਲਿਆ ਗਿਆ ਜੀ? ਹਾਂਜੀ ਵੀਰ ਜੀ, ਮੀਟਿੰਗ ਦਾ ਮੈਂ ਫੈਸਲੇ ਤੋਂ ਪਹਿਲਾਂ ਉਹਦੀ ਬੈਕਗਰਾਊਂਡ ਥੋੜ੍ਹੀ ਦੇਣਾ ਚਾਹੁੰਦਾ ਕਿ ਜਦੋਂ ਸਾਡੀ ਸਟ੍ਰਾਈਕ ਹੋਈ ਸੀਗੀ ਅਤੇ ਸਟ੍ਰਾਈਕ ਤੋਂ ਬਿਲਕੁਲ ਸਟ੍ਰਾਈਕ ਖਤਮ ਹੋਣ ਤੋਂ ਬਿਲਕੁਲ ਪਹਿਲਾਂ ਜਿਹੜੇ ਦੋ ਗਰੁੱਪ ਬਣ ਗਏ ਸੀ, ਜਿਵੇਂ ਕਿ ਇੱਕ ਨੋਨ ਯੂਨੀਅਨ ਸੀਗਾ ਜਿਹਨੂੰ ਅਸੀਂ ਰੀਪ੍ਰਜੈਂਟ ਕਰਦੇ ਸੀ, UTA ਇੱਕ ਸੈਪਰੇਟ ਔਰਗਨਾਈਜੇਸ਼ਨ ਸੀ, ਇੱਕ ਯੂਨੀਅਨਾਈਜ਼ ਸੀਗਾ ਵੱਡਾ ਗਰੁੱਪ ਯੂਨੀਫੋਰ ਜਿਹੜਾ ਸੀਗਾ। ਕੁਛ ਇੱਕ ਆਪਣੇ ਤਾਲਮੇਲ ਨਾ ਹੋਣ ਕਰਕੇ ਥੋੜ੍ਹਾ ਜਿਹਾ ਉਹਦਾ ਖਾਮਿਆਜਾ ਵੀ ਭੁਗਤਣਾ ਪਿਆ, ਪਰ ਉਹ ਦੁਬਾਰਾ ਬੈਕ, ਖੁਸ਼ੀ ਦੀ ਗੱਲ ਹੈ ਕਿ ਉਹ ਦੁਬਾਰਾ ਫਿਰ ਅਸੀਂ ਹੁਣ ਸਾਰੇ ਸੇਮ ਪੇਜ 'ਤੇ ਹਾਂ। ਉਹਦੇ ਨਾਲ ਇੱਕ ਵੱਡੀ ਡਿਵੈਲਪਮੈਂਟ ਹੋਈ ਕਿ ਟੈਕਸੀ ਵਾਲਿਆਂ ਦਾ ਮੀਟਿੰਗਸ ਪਹਿਲਾਂ ਕਾਫੀ ਹੁੰਦੀਆਂ ਰਹੀਆਂ ਸਰਕਾਰਾਂ ਦੇ ਨਾਲ, ਪਰ ਟੈਕਸੀ ਵਾਲਿਆਂ ਦੀ ਉਹਨਾਂ ਨੂੰ ਵੀ ਇਹ ਅੱਜ ਤਾਂ ਹੀ ਖਿਆਲ ਨਹੀਂ ਸੀ ਆਇਆ ਕਿ ਅਸੀਂ ਇੱਕ ਪਲੈਟਫਾਰਮ 'ਤੇ ਇਕੱਠੇ ਹੋ ਕੇ ਅਸੀਂ ਗੱਲਬਾਤ ਕਰੀਏ ਜੀ। ਉਹ ਪਹਿਲੀ ਵਾਰੀ ਹੋਇਆ ਕਿ ਟੈਕਸੀ ਵਾਲੇ ਵੀ ਕਿਸੇ ਪਲੈਟਫਾਰਮ 'ਤੇ ਇਕੱਠੇ ਹੋਏ। ਉਹਦੇ ਤੋਂ ਬਾਅਦ ਆ ਪਿੱਛੇ ਜਿਹਾ ਮੇਰਾ ਨਾਲ ਹਫ਼ਤਾ ਕੁ ਹੋਇਆ ਦੁਬਾਰਾ ਫਿਰ ਉਹ ਇਕੱਠੇ ਹੋਏ। ਸੋ ਇਹ ਜਿਹੜੀ ਇੱਕ ਯੂਨਿਟੀ ਆ, ਉਹ ਇੱਕ ਰੋਹ ਜਿਹੜਾ ਉਹਦੇ ਵਿੱਚ ਪਾਇਆ ਗਿਆ ਜੋ ਕਿ ਮੌਜੂਦਾ BC ਸਰਕਾਰ ਜਿਹੜੀ ਪਹਿਲਾਂ ਸੀ ਕ੍ਰਿਸਟੀ ਕਲਾਰਕ ਹੋਣਾ ਦੀ, BC ਲਿਬਰਲ ਦੀ, ਉਹਦੇ ਅਗੇਂਸਟ ਸਾਰਿਆਂ ਨੇ ਹੁਣ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਦੇ ਲਈ ਸਾਰਿਆਂ ਨੇ ਡਿਸਾਈਡ ਕੀਤਾ ਅਤੇ ਯੂਨੈਨੀਮਸਲੀ ਸਾਰਿਆਂ ਨੇ ਤਕਰੀਬਨ ਪੂਰੇ ਖਚਾ ਖਚ ਭਰੇ ਹਾਲ ਦੇ ਵਿੱਚ, ਉਹਦੀ ਵੀਡੀਓਜ਼ ਵੀ ਹੈਗੀਆਂ ਲਾਈਵ, ਸਾਰਿਆਂ ਨੇ ਪੂਰਨ ਤੌਰ 'ਤੇ ਉਸ ਮਤੇ ਦਾ ਜਿਹੜਾ ਉਹਨੂੰ ਐਕਸੈਪਟ ਕੀਤਾ ਕਿ NDP ਨੂੰ ਸਪੋਰਟ ਕੀਤਾ, ਕਿ NDP ਨੂੰ ਸਪੋਰਟ ਕੀਤੀ ਜਾਵੇ। ਪਰ ਉਹਦੇ ਤੋਂ ਪਹਿਲਾਂ, ਕਿਉਂਕਿ ਅਸੀਂ ਦੋਵੇਂ ਪਾਰਟੀਜ਼ ਨੂੰ ਬਰਾਬਰ ਮੌਕਾ ਦੇਣਾ ਚਾਹੁੰਦੇ, ਅਸੀਂ ਸਾਰਿਆਂ ਤੋਂ ਪਹਿਲਾਂ ਮਤਾ ਲਿਆਂਦਾ ਕਿ ਜੇ ਕੋਈ BC ਲਿਬਰਲ ਨੂੰ ਸਪੋਰਟ ਕਰਨਾ ਚਾਹੁੰਦਾ, ਇੱਕ ਵੀ ਉਸ ਹਾਲ ਦੇ ਵਿੱਚ ਇੱਕ ਵੀ ਸ਼ਖਸ ਨੇ ਹੱਥ ਖੜਾ ਨਹੀਂ ਕੀਤਾ BC ਲਿਬਰਲ ਦੇ ਨਾਂ ਦੇ, ਕਿਉਂਕਿ ਸਾਰੇ ਇੰਨਾ ਕੁ ਡਰ ਚੁੱਕੇ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਇਹੋ ਜਿਹਾ ਖਿਆਲ ਆ ਗਿਆ। ਸੋ ਇਹ ਮੈਂ ਸੋਚਦਾ ਕਿ ਇੱਕ ਵੱਡੀ ਪ੍ਰਾਪਤੀ ਹੋਈ ਹੈ ਕਿ ਜਿਹੜਾ ਸਾਰਿਆਂ ਨੇ ਇੱਕ ਪਾਰਟੀ ਨੂੰ ਸਪੋਰਟ ਕਰਨ ਦਾ ਤੁਹਈਆ ਕੀਤਾ। ਪਰ ਜਿਹੜਾ ਇਹ ਤੁਹਈਆ ਕੀਤਾ ਇੱਕ ਪਾਰਟੀ ਨੂੰ, NDP ਨੂੰ ਸਪੋਰਟ ਕਰਨ ਦਾ, ਕੀ ਤੁਹਾਡੀ ਕੋਈ ਮੀਟਿੰਗਸ ਹੋਈਆਂ NDP ਵਾਲਿਆਂ ਨਾਲ ਜਿਹਦੇ ਨਾਲ ਕਿ ਤੁਸੀਂ ਆਪਣੇ ਇਸ਼ੂਜ਼ ਨੂੰ ਉਹਨਾਂ ਕੋਲ ਲੈ ਕੇ ਆਏ, ਅਤੇ ਕੀ ਉਹਨਾਂ ਨੇ ਉਸ ਨੂੰ ਕੋਈ ਸਲਿਊਸ਼ਨ ਬਾਰੇ ਵੀ ਗੱਲਬਾਤ ਕੀਤੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਕੁਝ ਕਰਨਗੇ? ਬਿਲਕੁਲ ਜੀ, NDP ਨੇ ਉਸ ਮੀਟਿੰਗ ਤੋਂ ਤਕਰੀਬਨ 2 ਹਫ਼ਤੇ ਪਹਿਲਾਂ ਉਹਨਾਂ ਨੇ ਆਪਣਾ ਟਰੱਕਰਸ ਦਾ ਜਿਹੜਾ ਮੈਨੀਫੈਸਟੋ ਆ ਇੱਕ ਸੈਪਰੇਟ ਰਿਲੀਜ਼ ਕੱਢੀ। ਉਹ ਰਿਲੀਜ਼ ਦਾ ਮੈਂ ਕਹੂੰਗਾ ਵੀ ਸਾਰਿਆਂ ਤੋਂ ਵਧੀਆ ਚੀਜ਼ ਇਹ ਆ ਵੀ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਅਸੀਂ ਸਾਰੇ ਦਾ ਸਾਰਾ ਰਾਈਟ ਵੇ ਕਰਨਾ ਹੈਗਾ। ਓਕੇ, ਜੋ ਅਸਲੀਅਤ ਦੇ ਨੇੜੇ ਜੋ ਗੱਲਾਂ ਸੀਗੀਆਂ ਉਹ ਉਹਨਾਂ ਨੇ ਬਾਕੀ ਉਹਨਾਂ ਨੂੰ ਮੰਨਿਆ, ਨਾ ਕਿ ਉਹਨਾਂ ਨੇ BC ਲਿਬਰਲ ਵਾਂਗ ਵੀ ਇੱਕ ਬੜਾ ਵਧੀਆ ਜਿਹਾ ਡਾਕੂਮੈਂਟ ਤੁਹਾਨੂੰ ਤਿਆਰ ਕਰਕੇ ਦੇ ਦਿੱਤਾ, ਅਤੇ ਜਿਹੜਾ ਜਿਹਦਾ ਪਤਾ ਸੀਗਾ ਵੀ ਜਿਹੜੀ ਚੀਜ਼ ਦੀ ਜੂਰਿਸਡਿਕਸ਼ਨ ਵੀ ਨਹੀਂ ਉਹ ਵੀ ਉਹਨਾਂ ਨੇ ਲਿਖ ਕੇ ਦਿੱਤੀ। ਪਰ NDP ਨੇ ਬਕਾਇਦਾ ਇਕੱਲੇ ਪੁਆਇੰਟ ਬਾਰੇ ਸਾਨੂੰ ਜ਼ਿਕਰ ਕੀਤਾ, ਅਤੇ ਈਵਨ ਹੁਣ ਵੀ ਸਾਡੀਆਂ ਮੀਟਿੰਗਸ ਚੱਲ ਰਹੀਆਂ, ਅਸੀਂ ਪਲਾਨ ਕਰ ਰਹੇ ਹਾਂ ਕਿ ਮਾਰੇ ਕਿਰਪਾ ਕਰੇ ਜੇ ਉਹਨਾਂ ਦੀ ਸਰਕਾਰ ਆਉਂਦੀ ਆ ਅਤੇ ਕਿਹੜੇ ਕਿਹੜੇ ਪੁਆਇੰਟਸ ਕਿੰਨੇ ਸਮੇਂ ਦੇ ਵਿੱਚ ਉਹ ਪੂਰੇ ਹੋਣਗੇ। ਠੀਕ, ਅੱਛਾ ਇੱਕ ਹੋਰ ਹੁੰਦੀ ਹੈ ਗਗਨ ਸਿੰਘ ਜੀ ਕਿ ਜਦੋਂ ਚੋਣਾਂ ਹੁੰਦੀਆਂ ਨੇ ਅਤੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਤਾਂ ਕਰ ਦਿੱਤੇ ਜਾਂਦੇ ਨੇ ਪਰ ਬਾਅਦ ਦੇ ਵਿੱਚ ਕਈ ਵਾਰੀ ਉਹ ਪੂਰੇ ਵੀ ਨਹੀਂ ਹੁੰਦੇ, ਸੋ ਕੀ ਤੁਸੀਂ ਇਹ ਯਕੀਨੀ ਬਣਾਇਆ ਕਿ ਜਿਹੜੀ ਵੀ ਗੱਲਬਾਤ ਹੋਈ ਹੈਗੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੇ ਇਹਦੇ ਨਹੀਂ ਲੇਕਿਨ ਸਟੈਪ ਬਾਈ ਸਟੈਪ ਕੋਈ ਐਕਸ਼ਨ ਲਿਆ ਜਾਏਗਾ ਜੀ? ਸੋ ਅੱਜ ਜਿਹੜੇ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਅਤੇ ਬਹੁਤ ਸਾਰੇ ਜਿਹੜੇ ਸਾਡੇ ਵੀਰ ਟਰੱਕਿੰਗ ਇੰਡਸਟਰੀ ਨਾਲ ਜਾਂ ਟੈਕਸੀ ਨਾਲ ਇੰਡਸਟਰੀ ਨਾਲ ਜੁੜੇ ਹੋਏ ਨੇ, ਤਾਂ ਕਿਤੇ ਇਹ ਤਾਂ ਨਹੀਂ ਜਿਸ ਤਰ੍ਹਾਂ ਲਿਬਰਲਸ ਨੇ ਵੀ ਵਾਅਦਾ ਕੀਤਾ ਸੀ ਪਰ ਉਹ ਹੋਇਆ ਕੁਝ ਹੋਰ ਅਤੇ ਪੂਰਾ ਅਜੇ ਤੱਕ ਵੀ ਨਹੀਂ ਹੋਇਆ? ਸਿਮਿਲਰਲੀ NDP ਤੋਂ ਤੁਸੀਂ ਕੀ ਆਸ਼ਵਾਸਨ ਲਿਆ ਹੈਗਾ ਕਿ ਜਿਹੜੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਪ੍ਰੋਮਿਸ ਕੀਤੇ ਨੇ ਉਹ ਪੂਰੇ ਵੀ ਹੋਣਗੇ? ਹਾਂਜੀ, ਇਹਦੇ ਲਈ ਮੈਂ ਕਹਿਣਾ ਚਾਹੂੰਗਾ ਜੀ, ਜਿਵੇਂ ਕਿ ਮੋਸ ਹੁੱਤਾ ਹੋਣਾ ਦਾ ਜੋ ਟਰੈਕ ਰੈਕਰਡ ਆ ਸਾਰੀ ਕਮਿਊਨਿਟੀ ਨੂੰ ਪਤਾ, ਇਹ ਨਾ ਕੋਈ ਇਹੋ ਜਿਹਾ ਕੋਈ ਮੁਹਤਾਜ ਨਹੀਂ। ਸੋ ਮੋਸ ਹੁੱਤਾ ਦੇ ਹੋਣਾ ਦੇ ਨਾਲ ਬਕਾਇਦਾ ਬਹਿ ਕੇ ਸਾਡੀ ਗੱਲਬਾਤ ਹੋਈ ਹੈ, ਭਾਵੇਂ ਕਿ ਉਹ
ਆਪ ਪੋਲਿਟਿਕਸ ਦੇ ਵਿੱਚ ਆਪ ਉਹ ਕਿਸੇ ਵੀ ਕੰਸਟੀਚੁਐਂਸੀ ਤੋਂ ਇਲੈਕਸ਼ਨ ਨਹੀਂ ਕਰ ਰਹੇ, ਰਾਈਟ, ਪਰ ਉਹ ਫਿਰ ਵੀ ਬੈਕਐਂਡ ਦੇ ਵਿੱਚ ਕਾਫੀ ਉਹਨਾਂ ਦਾ ਰੋਲ ਆ। ਠੀਕ, ਸੋ ਪਹਿਲਾ ਨਾਂ ਤਾਂ ਮੈਂ ਮੋਸ ਹੋਤਾ ਉਹਨਾਂ ਦਾ ਕਹੂੰਗਾ, ਦੂਜਾ ਨਾਂ ਜਿਹੜਾ ਉਹ ਹੈਰੀ ਬੈਂਸ ਆ। ਆਪਣੇ ਆਪਣੇ ਸਾਹਮਣੇ ਸਾਰਾ ਕੁਛ ਪਤਾ ਕਿ ਜੋ ਕੁਛ ਵੀ ਉਹਨਾਂ ਨੇ ਕੀਤਾ ਜਾਂ ਜੋ ਕੁਛ ਵੀ ਉਹ ਕਹਿੰਦੇ ਉਹ ਕਰਦੇ ਆ। ਅਤੇ ਉਸ ਤੋਂ ਵੀ ਜਿਹੜੀ ਇੱਕ ਜਿਹੜੀ ਸਾਰਿਆਂ ਤੋਂ ਮੇਨ ਚੀਜ਼, ਜਿਵੇਂ ਕਿ ਮੈਂ ਪਹਿਲੋਂ ਜ਼ਿਕਰ ਕੀਤਾ ਕਿ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ, ਜੇ ਲਾਰਾ ਲਾਉਣਾ ਹੁੰਦਾ ਫਿਰ ਉਹ ਕਹਿੰਦੇ ਨਹੀਂ ਅਸੀਂ ਵੀ ਸਾਰਾ ਕੁਛ ਆਉਂਦੇ ਸਾਰੇ ਕਰਨਾ ਹੈ, ਰਾਈਟ। ਸੋ ਸਾਨੂੰ ਵੀ ਇਹ ਚੀਜ਼ ਜਾਪੀ ਬਈ ਜਿਹੜੀ ਜਿਹੜੀ ਚੀਜ਼ ਇਹਨਾਂ ਦੇ ਹੱਥ ਵੱਸ ਹੈਗੀ ਆ ਆਉਂਦੇ ਸਾਰੇ ਉਹ ਕਰਨਗੇ। ਪਰ ਇਸ ਵੇਲੇ ਦਾ ਜਿਹੜਾ ਸਾਰਿਆਂ ਤੋਂ ਮੇਨ ਜਿਹੜਾ ਵੱਡਾ ਮੁੱਦਾ ਆ ਉਹ ਹੈ ਸਲੇਵਰੀ ਜਿਹੜੀ ਆ। ਸੋ ਜਿਵੇਂ ਕਿ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਸਲੇਵਰੀ ਦਾ ਐਂਡ ਇਸ ਹੱਦ ਤੱਕ ਆ ਚੁੱਕਿਆ ਜੀ ਸਲੇਵਰੀ, ਕਿ ਤਕਰੀਬਨ 100 ਤੋਂ ਉੱਪਰ ਵੀਰ ਜਿਹੜੇ ਆ ਉਹ ਮੈਂਟਲੀ ਸਿੱਖ ਹੋਏ ਫਿਰਦੇ ਆ। ਕਮਿਸ਼ਨਰ ਆਫਿਸ ਜਿਹੜਾ ਇਹਨਾਂ ਨੇ ਸੈਟਅਪ ਕੀਤਾ ਸੀਗਾ, ਭਾਵੇਂ ਕਿ ਉਹ ਕਮਿਸ਼ਨਰ ਪਾਰਟ ਟਾਈਮ ਵੀ ਕੰਮ ਕਰਦੇ ਆ, ਕਲੀਅਰ ਇਹ ਸਾਰਾ ਸਾਹਮਣੇ ਆ ਚੁੱਕਿਆ। ਅਤੇ ਕਮਿਸ਼ਨਰ ਆਫਿਸ ਦੇ ਪਿਛਲੇ ਮਹੀਨੇ ਦੀ ਰਿਲੀਜ਼ ਦੇ ਵਿੱਚ ਖੁਦ ਉਹਨਾਂ ਕਿਹਾ ਕਿ 75 ਬੰਦੇ ਜਿਹੜੇ ਆ ਉਹ ਇੱਕ ਕੰਪਨੀ ਤੋਂ ਛੱਡ ਕੇ ਦੂਜੀ ਕੰਪਨੀ 'ਚ ਜਾ ਚੁੱਕੇ ਆ, ਜਿਨ੍ਹਾਂ ਦੇ ਵਿੱਚ ਕੰਪਨੀਜ਼ ਰਜਾਮੰਦ ਸੀ। ਪਰ ਹੁਣ ਮਸਲਾ ਉੱਥੇ ਆ ਕੇ ਖੜਦਾ ਜਿੱਥੇ ਕੰਪਨੀ ਲੈਟਰ ਵੀ ਨਹੀਂ ਲਿਖ ਕੇ ਦੇਣ ਨੂੰ ਰਾਜ਼ੀ, ਅਤੇ ਉਹਨਾਂ ਨੂੰ ਗਾਹੇ ਬਗਾਹੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਸੋ ਉਹ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਕਿ 2017 ਦੇ ਵਿੱਚ ਵੀ ਇੱਕ ਸਲੇਵਰੀ ਵਾਲਾ ਬਿਹੇਵੀਅਰ ਕੈਨੇਡਾ ਵਰਗੇ ਵਧੀਆ ਮੁਲਕ ਦੇ ਵਿੱਚ, BC ਜਿਹੜਾ ਕਿ ਸਰਕਾਰ ਦਾਅਵਾ ਕਰਦੀ ਆ ਕਿ ਸਭ ਤੋਂ ਬੈਸਟ ਪਲੇਸ ਆ, ਉਸ ਜਗ੍ਹਾ 'ਤੇ ਵੀ ਜੇ ਇਹੋ ਜਿਹਾ ਕੁਛ ਹੋ ਰਿਹਾ। ਅਤੇ ਨਾਲ ਇੱਕ ਹੋਰ ਚੀਜ਼ ਮੈਂ ਐਡ ਕਰਨੀ ਚਾਹੂੰਗਾ ਕਿ ਟਰੂਡੋ ਸਾਹਿਬ ਨੇ ਅਮੈਰੀਕਾ 'ਚ ਕਿਹਾ ਸੀਗਾ ਵੀ ਮੇਰੀ ਕੈਬਨਿਟ ਦੇ ਵਿੱਚ ਮੋਦੀ ਦੀ ਕੈਬਨਿਟ ਤੋਂ ਵੱਧ ਸਿੱਖ ਆ। ਪਰ ਜੋ ਅਸਲੀਅਤ ਦੇ ਵਿੱਚ ਉਹ ਸਾਹਮਣੇ ਆਹ ਕੁਛ ਹੋ ਰਿਹਾ, ਕਿਉਂਕਿ ਸਿੱਖਾਂ ਦੇ ਨਾਲ ਮੈਂ ਇਹ ਨਹੀਂ ਕਹੂੰਗਾ ਵੀ ਇਸ ਨੂੰ ਧਰਮ ਦੇ ਨਾਲ ਨਹੀਂ ਜੋੜਦਾ, ਪਰ ਕਿਤੇ ਨਾ ਕਿਤੇ ਇਹ ਚੀਜ਼ ਪ੍ਰਤੀਤ ਹੋ ਰਹੀ ਆ ਕਿ ਜੇ, ਅਤੇ ਇੱਕ ਸਵਾਲ ਵੀ ਪੈਦਾ ਹੋ ਰਿਹਾ ਕਿ ਜੇ ਇਹੀ ਸਮਝੌਤਾ ਕਿਸੇ ਗੋਰਿਆਂ ਦੇ ਗਰੁੱਪ ਦੇ ਨਾਲ ਕੀਤਾ ਹੁੰਦਾ ਤੇ ਸ਼ਾਇਦ ਕੀ ਇਹੋ ਜਿਹਾ ਹੀ ਚੱਲਦਾ। ਐਬਸੋਲੂਟਲੀ ਜੀ, ਇਹ ਇੱਕ ਟ੍ਰੈਜਡੀ ਹੈਗੀ ਹੈ ਸਾਡੇ ਵਾਸਤੇ। ਲੇਕਿਨ ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਵਾਪਸ ਆ ਕੇ, ਕਿਉਂਕਿ ਕਾਫੀ ਤਰਥੱਲੀ ਮਚੀ ਹੋਏਗੀ ਜਦੋਂ ਤੁਸੀਂ ਇਹ ਫੈਸਲਾ ਲਿਆ ਹੈ, ਪਰ ਉਸਦੇ ਨਾਲ ਨਾਲ ਹੋਰ ਕਿਹੜੇ ਉਹ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਣ ਦੀ ਲੋੜ ਹੈ? ਜਿਸ ਤਰ੍ਹਾਂ ਤੁਸੀਂ ਇਹ ਬੜੀ ਇੰਪੋਰਟੈਂਟ ਗੱਲ ਕੀਤੀ ਕਿ 100 ਤੋਂ ਵੱਧ ਵੀਰ ਜਿਹੜੇ ਹੈਗੇ ਨੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਏ ਪਏ ਨੇ ਇਹਨਾਂ ਇਸ਼ੂਜ਼ ਕਰਕੇ, ਫਰਦਰ ਕੀ ਹੋਰ ਸਲਿਊਸ਼ਨ ਤੁਸੀਂ ਸਮਝਦੇ ਹੋ ਜਿਹਦੇ ਨਾਲ ਕਿ ਸਰਕਾਰ ਕੋਈ ਵੀ ਆਵੇ ਪਰ ਇਹ ਫਲੋ ਜਿਹੜਾ ਹੈਗਾ ਬਿਲਕੁਲ ਠੀਕ ਚੱਲਦਾ ਰਹੇ? ਇਹਦੇ ਬਾਰੇ ਜਾਣਕਾਰੀ ਲੈਣੀ ਥੋੜ੍ਹੀ ਜਿਹੀ ਬ੍ਰੇਕ। ਸ਼ੁਕਰੀਆ। ਵੈਨਕੂਵਰ ਵਿੱਚ ਮਰੀਨ ਡਰਾਈਵ 'ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਇਟੀ, ਵੈਲਿਊ ਅਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ 'ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਅਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਅਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਤੋਂ ਰਿਪ੍ਰੈਜੈਂਟੇਟਿਵ ਗਗਨ ਸਿੰਘ ਅੱਜ ਸਾਡੇ ਨਾਲ ਸਾਂਝ ਪਾ ਰਹੇ ਨੇ। ਬਹੁਤ ਹੀ ਇੰਟਰਸਟਿੰਗ ਅਤੇ ਇੰਪੋਰਟੈਂਟ ਡਿਵੈਲਪਮੈਂਟ ਜੋ ਹੋਈ ਹੈ ਉਸ ਤੋਂ ਬਾਰੇ ਬ੍ਰੇਕ ਤੋਂ ਪਹਿਲਾਂ ਇਹਨਾਂ ਨੇ ਤੁਹਾਨੂੰ ਦੱਸਿਆ ਹੈ ਕੀ ਸਲਿਊਸ਼ਨ ਹਨ ਇਹਨਾਂ ਸਾਰੇ ਇਸ਼ੂਜ਼ ਦੇ। ਕੀ ਸਰਕਾਰਾਂ ਸਿਰਫ ਆਪਣੀ ਮਨਮਰਜ਼ੀਆਂ ਕਰਕੇ ਜੋ ਉਹ ਚਾਹਣ ਉਸ ਤਰੀਕੇ ਨਾਲ ਹੋਏਗਾ ਇਹਨਾਂ ਮੁਲਕਾਂ 'ਚ ਵੀ, ਜਾਂ ਫਿਰ ਇੱਥੇ ਜੋ ਡੈਮੋਕ੍ਰੇਸੀ ਵਾਕਿਆ 'ਚ ਅਸੀਂ ਕਹਿੰਦੇ ਹਾਂ ਹੋਣੀ ਚਾਹੀਦੀ ਹੈ ਉਹ ਐਗਜ਼ਿਸਟ ਹੋਣੀ ਚਾਹੀਦੀ ਹੈ? ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਨੇ ਦੱਸਿਆ ਕਿ ਬੜੀ ਹੀ ਇਹ ਮੰਦਭਾਗੀ ਗੱਲ ਹੈ ਕਿ 100 ਤੋਂ ਵੱਧ ਵੀਰ ਜਿਹੜੇ ਨੇ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਸਿਰਫ ਇਹਨਾਂ ਫੈਸਲਿਆਂ ਕਰਕੇ। ਸੋ ਕੀ ਇਹ ਸਲਿਊਸ਼ਨ ਸਮਝਦੇ ਨੇ, ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਜੇਕਰ NDP ਸਰਕਾਰ ਬਣ ਜਾਂਦੀ ਹੈ ਕੁਝ ਬੈਨੀਫਿਟ ਦੇ ਸਕੇਗੀ, ਜਾਂ ਕੋਈ ਵੀ ਸਰਕਾਰ ਆਵੇ ਕਿਵੇਂ ਇੱਕ ਪੋਲੀਟਿਕਸ ਤੋਂ ਅਲੱਗ ਇੱਕ ਸਿਸਟਮ ਬਣ ਸਕੇ ਜਿਸ ਨਾਲ ਕਿ ਇਹ ਇਸ਼ੂਜ਼ ਜਿਹੜੇ ਨੇ ਕੋਈ ਸਰਕਾਰੀ ਸੋਚ ਦੇ ਮੁਹਤਾਜ ਨਾ ਹੋਣ? ਆਓ ਇਸ ਬਾਰੇ ਕੁਝ ਜਾਣਕਾਰੀ ਲੈਂਦੇ ਹਾਂ ਗਗਨ ਸਿੰਘ ਤੋਂ। ਜੀ ਗਗਨ ਜੀ, ਸੋ ਕੀ ਹੁਣ ਤੁਸੀਂ ਸਮਝਦੇ ਹੋ ਕਿ ਸਰਕਾਰ ਜੇ ਆ ਜਾਂਦੀ ਬਹੁਤ ਵਧੀਆ ਗੱਲ ਹੈ NDP ਦੀ, ਪਰ ਰੱਬ ਨਾ ਕਰੇ ਜੇਕਰ ਨਹੀਂ ਆਉਂਦੀ ਤਾਂ ਫਿਰ ਇਸ਼ੂਜ਼ ਤਾਂ ਉਹੀ ਰਹੇ,
ਸੋ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿ ਇਹ ਪੋਲੀਟਿਕਸ ਤੋਂ ਹਟ ਕੇ ਇਹ ਚੀਜ਼ਾਂ ਜਿਹੜੀਆਂ ਸੋਲਵ ਹੋ ਸਕਣ? ਕਿਉਂਕਿ ਇੰਡੀਆ ਵਿੱਚ ਤਾਂ ਅਸੀਂ ਮੰਨ ਸਕਦੇ ਹਾਂ ਕਿ ਜੀ ਉੱਥੇ ਪੋਲੀਟੀਸ਼ੀਅਨਸ ਦਾ ਬੜਾ ਭਾਰ ਹੈਗਾ, ਉਹ ਇਨਫਲੂਐਂਸ ਕਰ ਸਕਦੇ ਨੇ, ਪਰ ਇੱਥੇ ਕਿਉਂ ਨਹੀਂ ਸਿਸਟਮ ਠੀਕ ਹੋ ਸਕਦਾ ਜਿਹਦੇ ਨਾਲ ਕਿ ਬਾਕੀ ਥਾਵਾਂ 'ਤੇ ਤਾਂ ਪੋਲੀਟਿਕਸ ਦੀ ਇੰਟਰਫੇਰੈਂਸ ਹੈ ਨਹੀਂ, ਪੁਲਿਸ ਦੇ ਵਿੱਚ ਨਹੀਂ ਹੈਗੀ, ਤੁਹਾਡੇ ਅਦਰਵਾਈਜ਼ ਫੰਕਸ਼ਨ ਵਿੱਚ ਨਹੀਂ ਹੈਗੀ, ਸੋ ਇਸ ਚੀਜ਼ ਦੇ ਵਿੱਚ ਕਿਉਂ ਇੰਨੇ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਹੈ? ਵੀਰੀ, ਸਾਰਿਆਂ ਤੋਂ ਵੱਡੀ ਚੀਜ਼ ਇਹ ਸੀ ਕਿ ਜਦੋਂ ਪ੍ਰੀਮੀਅਰ ਸਾਹਿਬਾਂ ਨੇ ਜਦੋਂ 14-31 ਪ੍ਰੋਗਰਾਮ ਸਾਈਨ ਕੀਤਾ ਸੀ, ਉਹਦੇ ਵਿੱਚ ਸਾਰੀਆਂ ਧਿਰਾਂ ਨਹੀਂ ਸੀ ਬੈਠੀਆਂ, ਰਾਈਟ? ਸੋ ਉਹੀ ਇੱਕ ਬਹੁਤ ਵੱਡੀ ਤ੍ਰਾਸਦੀ ਸੀ ਕਿ ਜਦੋਂ ਤੁਸੀਂ ਇੰਪਲੋਈਜ਼ ਦੇ ਨਾਲ ਹੀ ਤੁਸੀਂ ਇੱਕ ਕੰਟਰੈਕਟ ਕਰ ਲੈਂਦੇ, ਇੰਪਲੋਇਰ ਤੁਹਾਡੇ ਵਿੱਚ ਹਾਜ਼ਰ ਨਹੀਂ, ਸੋ ਉਹ ਇੱਕ ਇਹੋ ਜਿਹਾ ਇੱਕ ਬੈਕਫਾਇਰ ਉਸ ਚੀਜ਼ ਦਾ ਹੋਇਆ ਕਿ ਉਹ ਅੱਜ ਤੱਕ ਵੀ ਉਹ ਘਾਟਾ ਪੂਰਾ ਨਹੀਂ ਹੋਇਆ। ਉਦੋਂ ਅੱਗੇ ਚੱਲੀਏ, ਜੇ ਸਰਕਾਰ ਦਾ ਪੱਖ ਵੀ ਆਪਾਂ ਸੋਚ ਲਈਏ, ਸਰਕਾਰ ਕਹਿ ਰਹੀ ਹੈ ਕਿ ਅਸੀਂ ਸਾਰਾ ਕੁਛ ਕਰ ਦਿੱਤਾ, ਚਲੋ ਆਪਾਂ ਜੇ ਕੁਛ ਸੈਕਿੰਡ ਲਈ ਕੁਛ ਮਿੰਟ ਲਈ ਮੰਨ ਲਈਏ, 2014 ਦਾ ਸਮਝੌਤਾ ਹੋਇਆ, 2014 ਤੋਂ ਬਾਅਦ ਮੇਰੇ ਖਿਆਲ ਦੇ ਨਾਲ 2 ਵਾਰਾਂ ਮਿਨੀਮਮ ਵੇਜ ਜਿਹੜੀ ਆ ਉਹ ਵੱਧ ਚੁੱਕੀ ਹੈ ਸੂਬੇ ਦੀ। 2014 ਦੇ ਵਿੱਚ ਜੋ ਪ੍ਰੋਪਰਟੀਜ਼ ਦੀਆਂ ਪ੍ਰਾਈਸਿਸ ਸੀਗੀਆਂ ਉਹਦੇ ਨਾਲੋਂ ਤਕਰੀਬਨ 20-25% ਪ੍ਰਾਈਸ ਜਿਹੜੀ ਆ ਉਹ ਵੱਧ ਗਈ ਆ, ਮਹਿੰਗਾਈ ਹਰੇਕ ਚੀਜ਼ ਦੀ ਵੱਧ ਗਈ ਆ। ਪਰ ਜੇ ਸਰਕਾਰ ਵਾਕਈ ਇਸ ਚੀਜ਼ ਦੇ ਪ੍ਰਤੀ ਸੁਹਿਰਦ ਸੀ, ਤੇ ਸਰਕਾਰ ਨੇ ਅੱਜ 3 ਸਾਲ ਹੋ ਗਏ ਸਮਝੌਤਾ ਹੋਏ ਨੂੰ, 3 ਸਾਲ ਬਾਅਦ ਤਾਂ ਕਿਸੇ ਵੀ ਇੰਪਲੋਈ ਦਾ ਜਿਹੜਾ ਆ ਕੁਛ ਨਾ ਕੁਛ ਤਾਂ ਇੰਕਰੀਮੈਂਟ ਹੁੰਦਾ ਜੀ, ਪਰ ਸਰਕਾਰ ਦੇ ਦਿਮਾਗ 'ਚ ਨਹੀਂ ਆ ਕਿ ਇਨਕਰੀਮੈਂਟ ਸਾਡਾ ਹੋਣਾ ਚਾਹੀਦਾ। ਉਲਟਾ, ਕਿਉਂਕਿ ਇਹ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੰਪਲੋਇਰਸ ਨਹੀਂ ਸੀਗੇ, ਹੁਣ ਇੰਪਲੋਇਰਸ ਦੇ ਇੱਕ ਗਰੁੱਪ ਨੇ ਸਰਕਾਰ 'ਤੇ ਲਾਸੂਟ ਕਰ ਦਿੱਤਾ, ਉਹਦੀ ਹੁਣ ਸੁਣਵਾਈ ਜਿਹੜੀ ਆ ਉਹ 23 ਸਪਤੰਬਰ ਦੀ ਹੋ ਚੁੱਕੀ ਹੈ, 23 ਸਪਤੰਬਰ 2016 ਦੀ, ਅਤੇ ਹੁਣ ਤੱਕ ਉਹ ਡਿਸੀਜ਼ਨ ਦੀ ਵੇਟ ਕਰ ਰਿਹਾ। ਸੋ ਜਿਵੇਂ ਕਿ ਤੁਸੀਂ ਦੱਸਿਆ ਵੀ ਜੇ ਤਾਂ ਸਰਕਾਰ ਰਲ ਮਿਲ ਕੇ ਹੱਲ ਕੱਢਣਾ ਚਾਹੇ, ਅਸੀਂ ਜਿਹੜੇ ਪਿਛਲੇ ਮੰਤਰੀ ਸੀਗੇ ਟੌਟਸਟੋਨ ਹੋਣੀ, ਉਹਨਾਂ ਨੂੰ ਬਾਕਾਇਦਾ ਅਸੀਂ ਮਿਲ ਕੇ ਕਿਹਾ ਕਿ ਅਸੀਂ ਬਿਲਕੁਲ ਇਹਨੂੰ ਸਕਰੈਚ ਕਰਕੇ ਇੰਪਲੋਇਰਸ ਨੂੰ ਬਿਠਾ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਗਲਤੀ ਤੁਸੀਂ ਕੀਤੀ ਉਹਨੂੰ ਸਹੀ ਕੀਤਾ ਜਾਵੇ, ਦਰੁਸਤ ਕੀਤਾ ਜਾਵੇ, ਕਿ ਅਸੀਂ ਇੱਕ ਧਿਰੇ ਹਾਂ, ਯੂਨੀਫੋਰ ਇੱਕ ਧਿਰੇ ਆ, ਅਸੀਂ ਸਾਰੇ ਰਾਜ਼ੀ ਹਾਂ ਉਹਦੇ ਲਈ, ਤੁਸੀਂ ਕਿਉਂ ਨਹੀਂ ਰਾਜ਼ੀ? ਪਰ ਉਹ ਸਰਕਾਰ ਨੇ ਇੱਕ ਨਹੀਂ ਸੁਣੀ। ਪਰ ਜਿਹੜਾ ਸਾਡਾ ਅਗਲਾ ਸਟੈਪ ਹੈ, ਜੇ ਸਰਕਾਰ ਨਹੀਂ ਰਲ ਕੇ ਬਹਿੰਦੀ ਜਾਂ ਨਹੀਂ ਗੱਲ ਕਰਦੀ, ਤਾਂ ਸਾਡੀ ਮੈਂਬਰਸ਼ਿਪ ਨੇ ਇਹ ਵੀ ਹੁਣ ਤੁਹਈਆ ਕੀਤਾ ਕਿ ਜੇ ਹੁਣ, ਕਿਉਂਕਿ ਅੱਜ ਤੱਕ ਟਰੱਕਿੰਗ ਦੇ ਵਿੱਚ ਅਸੀਂ ਦੇਖਿਆ ਕਿ ਸਾਨੂੰ 2 ਤਰੀਕੇ ਨਾਲ ਇਹ ਹੱਕ ਮਿਲੇ ਆ, ਜਾਂ ਤਾਂ ਸਟ੍ਰਾਈਕ ਕਰਕੇ ਜਾਂ ਫਿਰ ਉਹ ਕੋਰਟ 'ਚੋਂ। ਸਟ੍ਰਾਈਕ ਜਿਹੜੀ ਆ ਉਹ ਅਸੀਂ ਇੱਕ ਵਾਧੂ ਦਾ, ਕਿਉਂਕਿ ਵੈਨਕੂਵਰ ਪੋਰਟ ਜਿਹੜਾ ਬਹੁਤ ਬਦਨਾਮ ਹੋ ਚੁੱਕਿਆ ਪੂਰੀ ਦੁਨੀਆ ਦੇ ਵਿੱਚ, ਅਸੀਂ ਨਹੀਂ ਚਾਹੁੰਦੇ ਉਹ ਦੁਬਾਰਾ ਬਦਨਾਮ ਹੋ ਗਏ, ਕੰਮ ਜਿਹੜਾ ਬਾਹਰ ਚੱਲ ਗਿਆ ਹੋਰ ਕੰਮ ਚੱਲ ਜਾਵੇ, ਅਗਲਾ ਰਸਤਾ ਰਹਿ ਗਿਆ ਕੋਰਟ ਦਾ। ਸੋ ਅਸੀਂ ਸੋਚਦੇ ਹਾਂ ਕਿ ਇਹ ਸਾਡਾ ਇੱਕ ਕਾਨੂੰਨੀ ਅਤੇ ਜਮਹੂਰੀ ਹੱਕ ਆ ਕਿ ਜੇ ਸਰਕਾਰ ਨਹੀਂ ਸਾਡੀ ਕੋਈ ਸੁਣਵਾਈ ਕਰਦੀ ਤਾਂ ਅਸੀਂ ਕੋਰਟ ਦੇ ਵਿੱਚ ਜਾਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹਾਂ, ਅਸੀਂ ਤਾਂ ਸਿਰਫ ਇਲੈਕਸ਼ਨ ਦੇ ਰਿਜ਼ਲਟ ਦਾ ਵੇਟ ਕਰ ਰਹੇ ਹਾਂ ਕਿ ਆਸ ਕਰਦੇ ਹਾਂ ਕਿ NDP ਸਰਕਾਰ ਆਵੇ ਅਤੇ ਕੁਛ ਚੰਗਾ ਹੋ ਸਕੇ। ਠੀਕ, ਅੱਛਾ, ਇੱਕ ਜਿਹੜੀ ਤੁਸੀਂ ਇਹ ਵੀ ਗੱਲ ਕੀਤੀ ਕਿ ਕਿਉਂਕਿ ਹੁਣ ਤਾਂ ਸਾਡੇ ਬਹੁਤ ਸਾਰੇ ਰਿਪ੍ਰੈਜੈਂਟੇਟਿਵਸ ਫੈਡਰਲ ਸਰਕਾਰ ਵਿੱਚ ਨੇ, ਇਹ ਮਸਲਾ ਪ੍ਰੋਵਿੰਸ਼ੀਅਲ ਫੈਡਰਲ ਦੋਨਾਂ ਦੇ ਵਿੱਚ ਹੀ ਇਹ ਗੇਂਦ ਆਉਂਦਾ ਜਾਂਦਾ ਰਿਹਾ, ਫੈਡਰਲ ਸਰਕਾਰ ਦੇ ਵਿੱਚ ਕੀ ਤੁਸੀਂ ਕੋਈ ਅਪਰੋਚ ਕੀਤੀ ਉੱਥੇ ਕਿ ਉੱਥੇ ਇਹ ਸੁਣਵਾਈ ਹੋ ਸਕੇ? ਕਿਉਂਕਿ ਉਹ ਜਿਹੜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ, ਧਰਮ ਨੂੰ ਛੱਡ ਕੇ ਗੱਲ ਕਰ ਰਹੇ ਹਾਂ ਕਿ ਆਪਣੇ ਲੋਕ ਜਿਹੜੇ ਉੱਥੇ ਪਹੁੰਚੇ, ਜੇ ਆਪਣੇ ਹੀ ਲੋਕਾਂ ਦੀ ਗੱਲ ਨਹੀਂ ਸੁਣਾਈ ਜਾਏਗੀ ਉੱਥੇ ਜਾਂ ਪਹੁੰਚਾਈ ਨਹੀਂ ਜਾਏਗੀ ਤਾਂ ਫਿਰ ਕਿਸ ਤਰ੍ਹਾਂ ਮੁੱਦੇ ਅੱਗੇ ਜਾਣਗੇ? ਸੋ ਕੀ ਕੋਈ ਅਪਰੋਚ ਉੱਥੇ ਵੀ ਕੀਤੀ ਗਈ? ਹਾਂਜੀ, ਅਸੀਂ ਸਮੇਂ ਤੋਂ ਸਮੇਂ ਜਿਹੜੇ ਰਣਦੀਪ ਸਰਾਏ ਹੋਣੀ ਆ, ਸੁੱਖ ਧਾਲੀਵਾਲ ਹੋਣੀ ਆ, ਜਾਂ ਕਾਰਲਾ ਖਾਤਰੋ ਹੋਣੀ ਆ, ਜਤੀ ਸਿੱਧੂ ਹੋਣੀ ਆ, ਈਵਨ ਹਰਜੀਤ ਸਿੰਘ ਸੱਜਣ ਹੋਣੀ ਆ, ਕਿਉਂਕਿ ਜਿਹੜੀਆਂ ਜਿਹੜੀਆਂ ਕੰਸਟੀਚੁਐਂਸੀ ਦੇ ਵਿੱਚ ਸਾਡੇ ਟਰੱਕਰ ਵੀ ਰਹਿੰਦੇ ਆ, ਉਹਨਾਂ ਦੇ ਨੁਮਾਇੰਦਿਆਂ ਨੂੰ ਅਸੀਂ ਸਮੇਂ ਤੋਂ ਸਮੇਂ ਈਮੇਲਸ ਕਰਦੇ ਹਾਂ, ਕੁਛ ਇੱਕ ਨੂੰ ਛੱਡ ਗਿਆ ਪਿੱਛੇ ਜੇ, ਹੁਣ ਮੇਰੇ ਖਿਆਲ 1 ਮਹੀਨੇ ਤੋਂ ਹੀ ਜਵਾਬ ਆਉਣ ਲੱਗਿਆ, ਪਰ ਅੱਜ ਤੱਕ ਈਵਨ ਇੱਥੋਂ ਤੱਕ ਹਾਲਾਤ ਸੀ ਵੀ ਕਿਸੇ ਨੇ ਇਹ ਵੀ ਮੁਨਾਸਿਬ ਨਹੀਂ ਸਮਝਿਆ ਕਿ ਇਹਨਾਂ ਨੂੰ ਇੱਕ ਐਕਨੋਲੇਜਮੈਂਟ ਦੀ ਈਮੇਲ ਹੀ ਕਰਦੀ ਹੈ ਬੈਂਕ ਵੋਟਾਂ ਦੇ ਸਮੇਂ, ਆਪਣੀ ਕਮਿਊਨਿਟੀ ਦੇ ਜਦੋਂ ਕੰਮ ਦੀ ਵਾਰੀ ਆਏ ਭੁੱਲ ਜਾਣਾ, ਇਹ ਅਫਸੋਸ ਹੈ। ਜਿਵੇਂ ਉਹੋ ਜਿਹੀ ਸੋਚ ਭਾਰਤ ਵਰਗੀ ਸੋਚ ਵੀ ਇੱਥੇ ਆ ਰਹੀ ਹੈ। ਬਹਰਹਾਲ ਹੁਣ ਸਵਾਲ ਇਹ ਆਉਂਦਾ ਜੀ ਕਿ ਸਲਿਊਸ਼ਨਸ ਦੀ ਜਿੱਥੇ ਅਸੀਂ ਗੱਲ ਕੀਤੀ ਸੀ, ਕਿਉਂਕਿ ਤੁਹਾਡੇ ਤਾਂ ਬੜੇ ਕਲੀਅਰ ਪੁਆਇੰਟਸ ਹੈਗੇ ਨੇ, ਇਹਦੇ 'ਚ ਕੋਈ ਦੁਵਿਧਾ ਨਹੀਂ ਹੈਗੀ ਸਮਝਣ ਦੇ ਵਿੱਚ। ਤੁਸੀਂ ਪਹਿਲਾਂ ਵੀ ਆ ਕੇ ਪ੍ਰੋਗਰਾਮ ਵਿੱਚ ਬੜਾ ਐਕਸਪਲੇਨ ਈਜ਼ਲੀ ਕੀਤਾ, ਲੋਕਾਂ ਦੀ ਵੀ ਕਾਲ ਆਈ ਹੈ ਕਿ ਇਹਦੇ 'ਚ ਕੀ ਹੁਣ ਇਸ਼ੂ ਹੈਗਾ, ਕਿਉਂ ਨਹੀਂ ਸਰਕਾਰ ਮੰਨਣ ਨੂੰ ਤਿਆਰ।
ਕਿ ਇਹ ਹੁਣ ਇੱਕ ਈਗੋ ਇਸ਼ੂ ਬਣ ਚੁੱਕਿਆ ਹੈ ਜਿਹਦੇ ਕਰਕੇ ਇਹ ਸਰਕਾਰ ਨੇ ਇਸ ਦੇ ਉੱਤੇ ਹੋਰ ਕੰਮ ਨਹੀਂ ਕੀਤਾ? ਪੀਟਰ ਫੈਸਬੈਂਡਰ ਇੱਕ ਇੰਟਰਵਿਊ 'ਚ ਆਏ, ਉਹਨਾਂ ਨੇ ਕਿਹਾ ਕਿ ਇਹ ਟਰੱਕਰਸ ਹੁਣ ਝੂਠ ਬੋਲਦੇ ਨੇ, ਅਸੀਂ ਸਭ ਕੁਝ ਮੰਨ ਲਿਆ। ਉਸ ਦੇ ਉੱਤੇ ਤੁਸੀਂ ਉਸਦੀ ਕਲੈਰੀਫਿਕੇਸ਼ਨ ਦੇ ਕੇ ਸਾਰੇ ਪੁਆਇੰਟਸ ਬਕਾਇਦਾ ਤੁਸੀਂ ਸਮਝਾਏ ਸੀ, ਦੱਸੇ ਸੀ ਕਿ ਨਹੀਂ ਨਹੀਂ ਇਹ ਚੀਜ਼ਾਂ ਨੇ, ਅਸੀਂ ਤਾਂ ਉੱਥੇ ਹੀ ਖਲੋਤੇ ਹਾਂ, ਪਰ ਸਰਕਾਰ ਮੰਨਣ ਨੂੰ ਤਿਆਰ ਨਹੀਂ। ਸਲਿਊਸ਼ਨ ਹੁਣ ਕੀ ਹੈਗਾ? ਕੋਰਟ ਦਾ ਤੁਸੀਂ ਜ਼ਿਕਰ ਕੀਤਾ, ਪਰ ਜੇਕਰ ਸਰਕਾਰ ਬਣ ਜਾਏ ਬਹੁਤ ਵਧੀਆ ਗੱਲ ਹੈ, ਜੇਕਰ ਨਾ ਬਣੀ ਤਾਂ ਉਹੀ ਤੁਹਾਡੇ ਕੋਲ ਸਲਿਊਸ਼ਨ ਰਹਿ ਜਾਏਗੀ। ਪਰ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ, ਜਿਹੜੇ ਲੋਕ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ, ਅਖੀਰ ਵਿੱਚ ਇਹ ਦੱਸੋ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਖਾਸ ਤੌਰ 'ਤੇ ਇਸ ਕ੍ਰਿਟੀਕਲ ਸਮੇਂ ਦੇ ਵਿੱਚ? ਕਿਉਂਕਿ ਅਜੇ ਵੀ ਕਈ, ਜਿਸ 'ਤੇ ਨੋ ਡਾਊਟ ਤੁਸੀਂ ਕਿਹਾ ਕਿ ਉੱਥੇ 800 ਤੋਂ ਵੱਧ ਲੋਕ ਸੀ, ਕਿਸੇ ਨੇ ਵੀ ਨਹੀਂ ਲਿਬਰਲ ਸਰਕਾਰ ਦੇ ਬਾਰੇ ਗੱਲ ਕੀਤੀ, ਲੇਕਿਨ ਇਹ ਜੋ ਦੇਖਣ ਨੂੰ ਮਿਲ ਰਿਹਾ ਜਾਂ ਸੁਣਨ ਨੂੰ ਮਿਲ ਰਿਹਾ ਕਿ ਕੁਝ ਤੁਹਾਡੇ ਵਿੱਚੋਂ ਹੀ ਲੋਕ ਜਿਹੜੇ ਨੇ, ਜਿਹੜੇ ਕਿ ਜੁੜੇ ਹੋਏ ਸਨ ਪਹਿਲਾਂ ਲਿਬਰਲ ਪਾਰਟੀ ਨਾਲੋਂ, ਅੰਦਰੋਂ ਖਾਤੀ ਇਹ ਸਪੋਰਟ ਵਗੈਰਾ ਹੋ ਰਹੀ ਹੈਗੀ ਹੈ, ਉਹਨੂੰ ਤੁਸੀਂ ਕਿਵੇਂ ਟੈਕਲ ਕਰੋਗੇ ਅਤੇ ਕੀ ਸਲਿਊਸ਼ਨ ਅਖੀਰ ਵਿੱਚ ਦੱਸੋ? ਜਿਹੜੇ ਤੁਸੀਂ ਗਰੁੱਪ ਦੀ ਗੱਲ ਕਰ ਰਹੇ ਕਿ ਉਹਨਾਂ ਨੂੰ ਸਪੋਰਟ ਕਰ ਰਹੇ, ਉਹ ਤੁਸੀਂ ਇਹ ਦੇਖੋ ਵੀ ਉਹ ਬਗੈਰ ਕੋਈ ਨੋਟਿਸ ਦਿੱਤਿਆਂ ਉਹ ਐਸੋਸੀਏਸ਼ਨ ਛੱਡ ਕੇ ਜਾ ਚੁੱਕੇ ਆ। ਰਾਈਟ, 2015 ਤੋਂ ਬਾਅਦ ਉਹ ਇੱਕ ਵੀ ਸਾਡੀ ਕਿਸੇ ਮੀਟਿੰਗ ਦੇ ਵਿੱਚ ਜਾਂ ਕਿਸੇ ਸਰਕਾਰੀ ਮੀਟਿੰਗ ਦੇ ਵਿੱਚ ਉਹ ਨਹੀਂ ਗਏ। ਸੋ ਕਿਤੇ ਨਾ ਕਿਤੇ ਉਹ ਆਪ ਇਹ ਚੀਜ਼ ਮਹਿਸੂਸ ਕਰ ਰਿਹਾ ਕਿ ਸਾਡੇ ਮੋਢੇ 'ਤੇ ਰੱਖ ਕੇ ਸਰਕਾਰ ਨੇ ਸਾਨੂੰ ਠੱਗ ਲਿਆ। ਸੋ ਇਸੇ ਕਰਕੇ ਉਹ ਹੁਣ ਇਸ ਚੀਜ਼ ਦੇ ਲਈ ਸਾਹਮਣੇ ਨਹੀਂ ਆਉਣਾ ਚਾਹੁੰਦੇ। ਰਹੀ ਗੱਲ ਤੁਸੀਂ ਫਾਸਟਫੈਂਡਰ ਹੋਣਾ ਦੀ ਕਹੀ, ਮੈਂ ਸੋਚਦਾ ਹੁੰਦਾ ਕਿ ਸ਼ਾਇਦ ਕਈ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਝੂਠ ਇੰਨਾ ਵਧੀਆ ਬੋਲ ਲੈਂਦੀਆਂ ਕਿ ਬਾ ਕਮਾਲ ਹੁੰਦੇ ਆ, ਪਰ ਸ਼ਾਇਦ ਉਹਨਾਂ ਨੂੰ ਇੱਕ ਬੇਨਤੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਰਨਾ ਚਾਹੂੰਗਾ ਕਿ ਜੇ ਉਹ ਇੰਨਾ ਵਧੀਆ ਝੂਠ ਬੋਲਦੇ, ਉਹ ਬਹੁਤ ਵਧੀਆ ਪੋਲੀਟੀਸ਼ੀਅਨ ਸਾਬਤ ਹੋ ਸਕਦੇ ਆ ਜੇ ਉਹ ਇਹ ਚੀਜ਼ ਨੂੰ ਸੱਚ ਦੇ ਆਧਾਰ 'ਤੇ ਲੈ ਕੇ ਚੱਲ ਸਕਣ। ਰਹੀ ਗੱਲ ਤੁਸੀਂ ਕਿਹਾ ਸੀਗਾ ਵੀ ਇਹ ਮਸਲੇ ਦਾ ਪੂਰਨ ਤੌਰ 'ਤੇ ਹੱਲ ਕੀ ਹੋਊਗਾ, ਜਿਹੜਾ ਇਸ ਚੀਜ਼ ਦਾ ਇੱਕੋ ਹੀ ਇੱਕ ਹੱਲ ਆ, ਜਿਹੜਾ ਹਰਡਲ ਸਾਰਿਆਂ ਤੋਂ ਵੱਡੀ ਆ ਕਿ ਫੈਡਰਲ ਸਰਕਾਰ ਦਾ ਵਿਗੜਿਆ ਬੱਚਾ ਆ ਪੋਰਟ ਮੈਟਰੋ ਵੈਨਕੂਵਰ। ਫੈਡਰਲ ਸਰਕਾਰ ਵੀ ਕੁਛ ਨਾ ਕੁਛ ਕਰਨਾ ਚਾਹ ਰਹੀ ਆ, ਪ੍ਰੋਵਿੰਸ਼ੀਅਲ ਵੀ ਕਿਸੇ ਹੱਦ ਤੱਕ ਸ਼ਾਇਦ ਚਾਹੁੰਦੀ ਹੋਊਗੀ, ਪਰ ਜਿਹੜਾ ਪੋਰਟ ਮੈਟਰੋ ਆ ਉਹ ਉਹਨਾਂ ਦੇ ਕਿਸੇ ਪਾਸੇ ਵੀ ਪੈਰ ਨਹੀਂ ਲੱਗਣ ਦੇ ਰਿਹਾ। ਪਰ ਜਿਹੜੀ ਮੌਜੂਦਾ ਫੈਡਰਲ ਲਿਬਰਲ ਸਰਕਾਰ ਆ, ਇਹਨਾਂ ਤੋਂ ਵਾਕਈ ਹੀ ਸਾਨੂੰ ਇੰਨੀ ਕੁ ਨਮੋਸ਼ੀ ਆ ਕਿ ਇੰਨੀ ਵੱਡੇ ਬਹੁਮਤ ਦੇ ਨਾਲ ਸਾਡੀ ਕਮਿਊਨਿਟੀ ਨੇ, ਸਾਰੀ ਕਮਿਊਨਿਟੀਜ਼ ਨੇ ਜਿਤਾ ਕੇ ਭੇਜਿਆ, ਪਰ ਉਸ ਲੈਵਲ ਦਾ ਉਹਦੇ ਅਫਜਾਨੇ ਦੇ ਵਿੱਚ ਅਸੀਂ ਨਹੀਂ ਕਹਿੰਦੇ ਕੋਈ ਸਪੈਸ਼ਲ ਟ੍ਰੀਟਮੈਂਟ ਕਰੋ, ਪਰ ਬਕਾਇਦਾ ਜੋ ਹੱਕ ਬਣਦਾ ਉਹ ਹਾਲੇ ਤੱਕ ਵੀ ਨਹੀਂ ਮਿਲ ਸਕਿਆ। ਆਸ ਕਰਦੇ ਹਾਂ ਜੀ ਕਿ ਇਹ ਜੈਨੂਨ ਤੁਹਾਡੀਆਂ ਜਿਹੜੀ ਡਿਮਾਂਡਸ ਨੇ ਪੂਰੀਆਂ ਹੋਣ ਅਤੇ ਲੋਕਾਂ ਨੂੰ ਜਿਹੜੇ ਖਾਸ ਤੌਰ 'ਤੇ ਟਰੱਕਰਸ ਨੇ ਬੈਨੀਫਿਟ ਮਿਲੇ। ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਥੈਂਕ ਯੂ।